बाबा गुरु नानका गरीबी दावा चंगा हुंदा ई। बाबा गुरु नानका गरीबी दावा चंगा हुंदा ई। बाबा गुरु नानका मंदी कमी नानका जद कद मंदा हो। मंदी कमी नानका जद कद मंदा हो। वाह जी वाह। गुरु नानक दा शेर है जी। हां जी। बाबा गुरु नानक आंदा हुंदा ही डाके मार के। हाँ जी। डाके मार के सरदारा तू संगतां नू पालना। डाके मार के तू संगतां नू पालना ते लेखा देना सरदारा तेरी जान ने। अच्छा बजुर्गो, तहसीलो जिला नारवल दे विचों इन्हां सारिआं पिंडां चों सरदार उठ के उत्थे जांदे रहे ने गुरुद्वारे विसाखी वेखण। हाँ, विसाखी वेखण जांदे रहे ने। नंगली दुआबा। नंगली दुआबा थले खुसर साण। सत श्री अकाल जी सारिया दोस्तों नूं भरावां नूं। मैं उम्मीद करना तुसीं सब खैरियत नाल होवोगे। तो अज दी वीडियो जिहड़ी असीं जसड़ पिंड आए हां इन्हां बजुर्गां दे नाल, ते पंजाब पार्टीशन तो पहलां दीआं कुछ यादां ने सरदार भरावां दीआं इन्हां बजुर्गां दे दिलां दे विच समाईआं ने, ते उह असीं दोस्तां दे नाल जिहड़ियां उह शेयर करन लग्गिआ इन्हां बजुर्गां दे नाल मिल के पंजाब पार्टीशन दीआं ਪੰਜਾਬ ਪਾਰਟੀਸ਼ਨ ਤੋਂ ਪਹਿਲੇ ਦੀਆਂ ਯਾਦਾਂ ਜਿਹੜੀਆਂ ਇਹਨਾਂ ਦੇ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਸਮਾਈਆਂ ਨੇ, ਉਹ ਅੱਜ ਵੀਡੀਓ ਦੇ ਰਾਹੀਂ ਅਸੀਂ ਦੋਸਤਾਂ ਦੇ ਰੂਬਰੂ ਕਰਨ ਲੱਗੇ ਹਾਂ। ਲਓ ਜੀ ਸਰਦਾਰ ਭਰਾਵੋ, ਇਹ ਉਹ ਜਗ੍ਹਾ ਹੁਣ ਤਾਂ ਉਹ ਜਗ੍ਹਾ ਜਿਹੜੀ ਹੈ ਢੱਠ ਢੁੱਠ ਗਈ ਹੈ, ਅਤੇ ਉਸ ਜਗ੍ਹਾ 'ਤੇ ਇਹਨਾਂ ਬਜ਼ੁਰਗਾਂ ਦੇ ਨਾਲ ਮੈਂ ਖੜ੍ਹਾ ਇਸ ਟਾਈਮ, ਅਤੇ ਇਹਨਾਂ ਬਜ਼ੁਰਗਾਂ ਨੂੰ ਉਸ ਵੇਲੇ ਦੀ ਦਾਸਤਾਨ ਦਾ ਸਾਰਾ ਹੀ ਪਤਾ, ਅਤੇ ਮਾਸ਼ਾਅੱਲਾ ਬੜੀ ਹੀ ਮੁਹੱਬਤ ਹੈ ਇਹਨਾਂ ਬਜ਼ੁਰਗਾਂ ਦੀ, ਜਿਹੜਾ ਮਤਲਬ ਉਸ ਵਕਤ ਦੀ ਗੱਲ ਇਹਨਾਂ ਨੂੰ ਯਾਦ ਹੈ, ਔਰ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਸਰਦਾਰਾਂ ਦੇ ਨਾਲ ਅਸੀਂ ਰੂਬਰੂ ਕਰਨੇ ਆ। ਅੱਛਾ ਬਜ਼ੁਰਗੋ, ਸਭ ਤੋਂ ਪਹਿਲੇ ਇਹ ਗੱਲ ਦੱਸੋ ਕਿ ਇਸ ਜਗ੍ਹਾ 'ਤੇ ਗੁਰਦੁਆਰਾ ਹੁੰਦਾ ਰਿਹਾ? ਹਾਂਜੀ, ਇੱਥੇ ਗੁਰਦੁਆਰਾ ਹੁੰਦਾ ਰਿਹਾ ਜੀ। ਠੀਕ ਹੈ, ਸਰਦਾਰਾਂ ਦਾ। ਹਾਂਜੀ ਠੀਕ ਹੈ। ਜਸੜ ਆ ਨਾ ਜੀ ਜੀ, ਇਹ ਤਾਰੀਖੀ ਸ਼ਹਿਰ ਹੈ। ਤਾਰੀਖੀ ਸ਼ਹਿਰ, ਤਾਰੀਖੀ ਸ਼ਹਿਰ ਹੈ, ਤੇ ਇੱਥੇ ਗੁਰਦੁਆਰਾ ਉਹਨਾਂ ਦਾ ਹੁੰਦਾ ਸੀ ਸਰਦਾਰਾਂ ਦਾ। ਇੱਥੇ ਬਾਹਰੋਂ ਪਿੰਡਾਂ ਚੋਂ, ਭਾਈ ਕੇਤਨ ਵੱਡਿਆਂ ਤੋਂ, ਭਾਈ ਕੇਤਨ ਵੱਡਿਆਂ ਤੋਂ, ਨੰਗਲੀ ਦੁਆਬਿਓ, ਚੰਗੋਵਾਲਿਓ, ਉੱਥੋਂ ਸਰਦਾਰ ਆਉਂਦੇ ਰਹੇ ਨੇ। ਇੱਥੇ ਆਣ ਕੇ ਗਿਆਨ ਧਿਆਨ ਕਰਦੇ ਨੇ ਬਾਬੇ ਗੁਰੂ ਨਾਨਕ ਦਾ। ਬਾਬੇ ਗੁਰੂ ਨਾਨਕ ਦੀਆਂ ਬਾਣੀਆਂ ਪੜ੍ਹਦੇ ਰਹੇ ਨੇ ਉਹ। ਠੀਕ ਹੈ ਜੀ ਜੀ। ਇੱਥੇ ਫਿਰ ਉਹ ਕੜਾ ਪ੍ਰਸ਼ਾਦ ਵਰਤਾਉਂਦੇ ਰਹੇ ਨੇ। ਫਿਰ ਉਹਨਾਂ ਜਨਾਬ ਇਹ ਕੰਮ ਕਰਨਾ, ਉਹ ਜਿਹੜਾ ਉਹਨਾਂ ਦਾ ਗ੍ਰੰਥ ਹੁੰਦਾ ਸੀ ਨਾ, ਉਹਨੂੰ ਪਾਲਕੀ ਵਿੱਚ ਡੋਲੇ 'ਚ ਪਾ ਲੈਣਾ, ਪਾਲਕੀ 'ਚ ਉਹਨੂੰ ਪਾ ਕੇ, ਤੇ ਫਿਰ ਮੋਰਾਂ ਦੇ ਖੰਭ ਜਿਹੜੇ ਹੁੰਦੇ ਹਨ ਨਾ, ਉਹਦੇ ਨਾਲ ਉਹਨਾਂ ਨੂੰ ਨਾ ਉਹਨੂੰ ਝੱਲਣਾ। ਠੀਕ ਹੈ, ਉਹਨੂੰ ਚੱਲਣਾ। ਠੀਕ ਹੈ, ਉਹ ਇੱਥੋਂ ਚੁੱਕ ਕੇ ਨਾ ਉਹ ਫਿਰ ਇੱਥੇ ਜੱਸੜ, ਜੱਸੜ ਸਕੂਲ 'ਚ ਉਹਨਾਂ ਨੇ ਇੱਥੋਂ ਦੀ ਲੈ ਕੇ ਤੇ ਜਾਣਾ। ਮਗਰ ਸਰਦਾਰ ਹੁੰਦੇ ਹਨ, ਉਹਨਾਂ ਢੋਲਦਿਆਂ ਛਾਣੇ ਵਜਾਉਂਦਿਆਂ ਜਾਣਾ, ਤੇ ਗੁਰੂ ਨਾਨਕ ਦੀਆਂ ਬਾਣੀਆਂ ਪੜ੍ਹਦਿਆਂ ਜਾਣਾ। ਉੱਥੇ ਜਾ ਕੇ ਫਿਰ ਉਹਨਾਂ ਰੱਖ ਦੇਣਾ ਸਕੂਲ ਦੇ ਵਿੱਚ, ਉੱਥੇ ਫਿਰ ਉਹਨਾਂ ਨੇ ਆਪਣਾ ਗਿਆਨ ਧਿਆਨ ਕਰਨੇ, ਤੇ ਬਾਬੇ ਗੁਰੂ ਨਾਨਕ ਦੀਆਂ ਬਾਣੀਆਂ ਪੜ੍ਹਨੀਆਂ। ਠੀਕ ਹੈ, ਤੇ ਉੱਥੇ ਫਿਰ ਸਾਰੇ ਸਰਦਾਰ ਇਕੱਠੇ ਹੁੰਦੇ ਰਹੇ ਨੇ। ਠੀਕ ਹੈ, ਹਾਂ ਇਹ ਵੇਖਿਆ ਜੀ ਆਪਣੀ ਹੋਸ਼ ਹੈ। ਠੀਕ ਹੈ, ਹਾਂਜੀ ਫਿਰ ਇੱਥੇ ਛੋਟੀਆਂ ਛੁੱਟੀਆਂ ਹੁੰਦੀਆਂ ਹਨ, ਤੇ ਹਾਂ ਇੱਥੇ ਆ ਜਾਣਾ, ਤੇ ਅਸੀਂ ਉਹਨਾਂ ਕੋਲੋਂ ਹਲਵਾ ਪੂੜੀ ਖਾਂਦੇ ਰਹੇ ਹਾਂ ਜੀ। ਹਲਵਾ ਪੂੜੀ ਖੁੱਲੀ ਬੱਚਿਆਂ ਨੂੰ ਉਹਨਾਂ ਦੇਣੀ, ਤੇ ਅਸੀਂ ਖਾਣੀ ਹੈ ਜੀ। ਠੀਕ ਹੈ, ਹਾਂਜੀ ਸਹੀ ਹੈ, ਆਹ ਗੱਲ ਤੇ ਆ ਬਾਤ ਹੈ ਜੀ। ਸਹੀ ਹੈ ਜੀ, ਸਹੀ ਹਾਂਜੀ, ਠੀਕ ਹੋ ਗਿਆ। ਇਹ ਜੱਸੜ ਸ਼ਹਿਰ ਦੇ ਤਾਰੀਖੀ ਸ਼ਹਿਰ ਹੈ, ਇਹ ਬੜੀਆਂ ਇੱਥੇ ਰੌਣਕਾਂ ਹੁੰਦੀਆਂ ਹਨ ਉਹਨਾਂ ਜ਼ਮਾਨਿਆਂ ਦੇ ਵਿੱਚ, ਹਿੰਦੂਆਂ ਖੱਤਰੀਆਂ ਦੀਆਂ ਹੈ ਜੀ। ਸਹੀ ਗੱਲ ਹੈ, ਹਾਂਜੀ ਸਹੀ ਗੱਲ ਹੈ। ਤੇ ਬਜ਼ੁਰਗ ਦੱਸਣ ਦੇ ਨੇ ਕਿ ਇਹ ਉਹ ਜਗ੍ਹਾ ਜਿੱਥੇ ਮਤਲਬ ਗੁਰਦੁਆਰਾ ਹੁੰਦਾ ਰਿਹਾ, ਤੇ ਸਰਦਾਰ ਜਿਹੜੇ ਨੇ ਉਹ ਆ ਕੇ ਤੇ ਇੱਥੇ ਆਪਣਾ ਗੁਰਦੁਆਰੇ ਤੇ ਆਪਣੀ ਪੜ੍ਹਾਈ ਕਰਦੇ ਰਹੇ ਨੇ, ਤੇ ਉਸ ਵਾਕਿਆ ਦਾ ਸਾਨੂੰ ਸਾਰਾ ਹੀ ਪਤਾ, ਤੇ ਇਹਨਾਂ ਬਜ਼ੁਰਗਾਂ ਦੀ ਬੜੀ ਮੁਹੱਬਤ ਹੈ ਜੀ। ਮਾਸ਼ਾਅੱਲਾ ਇਹਨਾਂ ਨੂੰ ਉਸ ਵਕਤ ਦੀਆਂ ਯਾਦਾਂ ਸਰਦਾਰਾਂ ਦੀਆਂ ਇਹਨਾਂ ਦੇ ਦਿਲਾਂ 'ਚ ਸਮਾਈਆਂ ਨੇ, ਤੇ ਉਹ ਮੇਰੇ ਨਾਲ ਗੱਲਬਾਤ ਕਰ ਰਹੇ ਨੇ। ਉਹ ਫਿਰ ਪਤਾ ਕੀ ਆਉਂਦੇ ਰਹੇ ਨੇ, ਪਤਾ ਕੀ ਬਾਣੀ ਪੜ੍ਹਦੇ ਹੁੰਦੇ ਹਨ। ਗੁਰੂ ਨਾਨਕ ਦਾ ਸ਼ੇਰ ਹੈ ਜੀ। ਹਾਂਜੀ। ਬਾਬਾ ਗੁਰੂ ਨਾਨਕ ਆਉਂਦਾ ਹੁੰਦਾ ਸੀ ਡਾਕੇ ਮਾਰ ਕੇ। ਹਾਂਜੀ। ਡਾਕੇ ਮਾਰ ਕੇ ਸਰਦਾਰਾ ਤੂੰ ਸੰਗਤਾਂ ਨੂੰ ਪਾਲਣਾ, ਡਾਕੇ ਮਾਰ ਕੇ ਤੂੰ ਸੰਗਤਾਂ ਨੂੰ ਪਾਲਣਾ, ਤੇ ਲੇਖਾ ਦੇਣਾ ਸਰਦਾਰਾ ਤੇਰੀ ਜਾਨ ਨੇ, ਲੇਖਾ ਦੇਣਾ ਤੇਰੀ ਜਾਨ ਨੇ ਜੀ ਜੀ। ਫਿਰ ਉਹਨਾਂ ਦੀ ਬਾਬੇ ਗੁਰੂ ਨਾਨਕ ਦੀ ਇਹ ਬਾਣੀ ਹੈ, ਪਾਲੋ ਲੰਮੀਆਂ, ਪਾਲੋ ਲੰਮੀਆਂ ਕੀ ਗਲਾਂ ਦੇ ਵਿੱਚ ਮਾਲਾ, ਸਤਿਗੁਰੂ ਕਹਿ ਚੱਲੇ।
नाले खोल दियो, नाले खोल दियो दलां दियां कुंडियां, नाले खोल दियो दलां दियां कुंडियां ते सतगुरु कह चले। वाह जी वाह, वाह जी वाह, सही है, ठीक है। हां जी, ए उन्हां दियां बाणियां हन जी। हां जी, बाबे गुरु नानक दा बड़ा रुतबा ही, ठीक है। बाबा गुरु नानक जड़ा ही ना, हां जी, जदों अल्लाह नूं प्यारे हो गए ने ना, जी जी, बाबा गुरु नानक इत्थे करतारपुरे, करतारपुरे विसाखी लगदी रही है बड़ी वड्डी सरदारां दी, ठीक है। असीं उत्थे विसाखी वेखण जांदे रहे आं। वाह जी वाह, उत्थे गुरुद्वारे, ठीक है। हांजी हांजी, ते ओह जदों उत्थे बाबे गुरु नानक ने आख्या, बाबा गुरु नानका गरीबी दावा चंगा हुंदा ई, बाबा गुरु नानका गरीबी दावा चंगा हुंदा ई, बाबा गुरु नानका मंदी कमी नानका जद कद मंदा हो, मंदी कमी नानका जद कद मंदा हो। वाह जी वाह जी, हां जी, इस तरह दी गल्लां ने जी, जिहड़ा बाबा गुरु नानक ही ना जी, ओह उत्थे अपना करतारपुरे उन्हां जदों अल्लाह ताला नूं ओह प्यारे हो गए ने ना, हां जी, मुसलमान लगे आखन, मुसलमाना दा ते हिंदुआं सिखां दा झगड़ा पै गया जी, ओ लगे आखन, मुसलमान आखन भी इह साडा बाबा गुरु नानक, आहां इहनूं दफनाउणा है, ते हिंदू सिख पता की आंदे हन सरदार, ओ आंदे हन इह साडा, आहां मड़ी बनाउणी है। ओ फिर इक जणा ओ एक विच मौत बेर ही उत्थे झगड़ा जो होण डै पिया, एक बंदा ही विच मौत बेर, ओ आखन लगा भी वेखिए ते सही, चिट्टी चादर ही ओहदे उत्ते पाई दी सफाद, ठीक है। ओ जदों पल्ला चुकिया ना ओ चादर दा, जदों लगे वेखण ते थले कोई चीज नहीं, ओ अल्लाह नूं ओ थले हन ना, फिर उत्थे इह होया, फिर ओ जिहड़ी चादर ही ना ओ अद्धो अद्धी कीती, अद्धी कीती ते ओह मुसलमानां ने उत्थे कबर बना लई, ते इन्हां सरदारां ने उत्थे मड़ी बना लई, ठीक है। आहां जे इह सुणिया जी, ठीक है। हां जी सही है, ते बाबा गुरु नानका गरीबी दावा चंगा हुंदा ई, बाबा गुरु नानका गरीबी दावा चंगा हुंदा ई, ते मंदी कमी बाबा नानका, मंदी कमी नानका जद कद मंदा हो, ते डाके मार के तू संगतां नूं पालना, डाके मार के तू संगतां नूं पालना, ते लेखा देना तेरी तेरी जान ने। वाह जी वाह। अच्छा हुण चलिए बुजुर्गो उधर स्कूल वाली साइड ते, हां चलो चलने आ, ओ जिधर मतलब फिर स्कूल च वी ओ लांदे रहे ने अपना डेरा, हां चलो ठीक हो गया, चलो जी। चलिए हुण अहीं जसर गवर्नमेंट हाई स्कूल दे सामने बिलकुल इन्हां बुजुर्गां नूं लै के खड़े आ, पर इन्हां बुजुर्गां कोलों गलबात पुछणे आ, जिहड़े गुरुद्वारे तों वापस आ के बुजुर्ग दस्सण डे हन कि इत्थे आ के ते स्कूल जसर हाई स्कूल च आ के ते ओ ठहरदे रहे ने सरदार बरादरी। हां जी बाबा जी, हां जी दस्सिओ, ਇਹ ਭੰਗੜੇ ਦੀ ਗੱਲ ਦੱਸਾਂ। ਜੀ ਜੀ ਬਿਲਕੁਲ, ਇਹ ਜਿਹੜਾ ਕੱਕਾ ਕਲਾਸ ਆ ਨਾ, ਉੱਥੇ ਬੜੇ ਸਰਦਾਰ ਮਸ਼ਹੂਰ ਹਨ, ਉਹਨਾਂ ਦੇ ਭੰਗੜੇ ਇੱਥੇ ਆਉਂਦੇ ਰਹੇ ਨੇ, ਭਾਈ ਕਿਚਨ ਵੱਡਿਆਂ ਤੋਂ ਆਉਂਦੇ ਰਹੇ ਨੇ ਜੀ ਜੀ, ਪੰਡੋਰੀਓਂ ਬਾਕਰੋਂ ਇੱਥੇ ਆਣ ਕੇ ਭੰਗੜੇ ਪੈਂਦੇ ਰਹੇ ਨੇ, ਫਿਰ ਉਹ ਜਦੋਂ ਆਉਂਦੇ ਹਨ ਨਾ ਕਿਤੇ ਵਿਸਾਖੀ ਜਦੋਂ ਦਿਨ ਦਿਹਾਰ ਹੁੰਦਾ ਸੀ, ਹਾਂਜੀ ਡੇਰੇ ਜਾਂਦੇ ਹਨ, ਡੇਰੇ ਬਾਬੇ ਨਾਨਕ ਗੁਰੂ ਦੇ ਜਾਂਦੇ ਹਨ, ਫਿਰ ਕਰਤਾਰਪੁਰ ਜਾਂਦੇ ਹਨ ਜੀ, ਇੱਥੇ ਵਿਸਾਖੀ ਲੱਗਦੀ ਸੀ, ਤੇ ਉਹ ਇੱਥੇ ਜਦੋਂ ਇੱਥੋਂ ਦੀ ਗੁਜ਼ਰਦੇ ਹਨ ਲੰਘਦੇ ਹਨ, ਉਦੋਂ ਇੰਨੀ ਟ੍ਰੈਫਿਕ ਨਹੀਂ ਹੈਗੀ, ਪੈਦਲ ਹੀ ਆਉਂਦੇ ਜਾਂਦੇ ਹਨ, ਠੀਕ ਹੈ। ਹਾਂਜੀ, ਆਣ ਕੇ ਸਕੂਲ ਦੇ ਵਿੱਚ, ਹਾਂਜੀ ਆ ਮਿਡਲ ਸਕੂਲ ਹੀ ਉਦੋਂ ਉਹਨਾਂ ਜ਼ਮਾਨਿਆਂ 'ਚ ਇੱਥੇ ਆਣ ਕੇ ਤੇ ਉਹਨਾਂ ਸਕੂਲ ਦੇ ਵਿੱਚ ਗਰਾਊਂਡ ਖੁੱਲ੍ਹੀ ਹੁੰਦੀ ਸੀ, ਇੱਥੇ ਆਣ ਕੇ ਉਹਨਾਂ ਭੰਗੜੇ ਛੰਗੜੇ ਪਾਉਣੇ ਹੁੰਦੇ ਹਨ। ਲਓ ਜੀ ਬੇਲੀਓ, ਗੁਰਦੁਆਰੇ ਤੋਂ ਲੈ ਕੇ ਅਤੇ ਸਕੂਲ ਤੱਕ ਜਿਹੜੀ ਹੈ ਨਾ ਉਹ ਵੀਡੀਓ ਮੈਂ ਤੁਹਾਡੀ ਖਿਦਮਤ 'ਚ ਪੇਸ਼ ਕੀਤੀ, ਅਤੇ ਇਸ ਤਰ੍ਹਾਂ ਦੀ ਵੀਡੀਓ ਕੋਈ ਘੱਟ ਹੀ ਬੰਦਾ ਤੁਹਾਨੂੰ ਵਿਖਾਲਦਾ ਹੋਏਗਾ। ਅਤੇ ਦੋਸਤੋ, ਵੀਡੀਓ ਅੱਛੀ ਲੱਗੇ ਚੈਨਲ ਨੂੰ ਸ਼ੇਅਰ, ਲਾਈਕ ਔਰ ਸਬਸਕ੍ਰਾਈਬ ਕਰ ਦੇਣਾ, ਅਤੇ ਇਹ ਕੋ ਥੋੜ੍ਹੀ ਜਿਹੀ ਇੱਕ ਨਿਸ਼ਾਨੀ ਬੋਰਡ ਦਾ ਦਰਖਤ ਹੈ ਗੌਰਮੈਂਟ ਹਾਈ ਸਕੂਲ ਜਸੜ, ਉਹਦੀ ਵੀ ਹਾਂਜੀ ਸਰਦਾਰਾਂ ਦੇ ਵਕਤ ਦਾ ਇਹ ਬੋਰਡ ਦਾ ਬੂਟਾ, ਉਹਦੀ ਵੀ ਮੈਂ ਵਿੱਚ ਥੋੜ੍ਹਾ ਜਿਹਾ ਵਿਊ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਦਾ, ਇਹ ਗੇਟ ਦੇ ਵਿੱਚੋਂ ਦੀ ਦੱਸਣਾ, ਇੱਕ ਇਹ ਜਸੜ ਸਕੂਲ ਬੋਰਡ ਦਾ ਬੂਟਾ ਵੀ ਹੈ ਜੀ। ਇੱਥੇ ਬਾਬੇ ਹੁਣੀ ਦੱਸਦੇ ਹਨ ਕਿ ਭੰਗੜਾ ਜਦੋਂ ਜਸੜੋਂ ਭੰਗੜਾ ਪੈਂਦਾ ਸੀ ਗੁਰਦੁਆਰੇ ਲਾਗੋਂ, ਤੇ ਫਿਰ ਆ ਸਕੂਲ ਦੇ ਵਿੱਚ ਆ ਕੇ ਭੰਗੜਾ ਪੈਂਦਾ ਰਿਹਾ। ਤੇ ਇੱਥੇ ਬਜ਼ੁਰਗੋ ਤੁਸੀਂ ਦੱਸਣ ਦੇ ਹੋ ਕਿ ਸਰਦਾਰ ਵੀ ਪੜ੍ਹਦੇ ਰਹੇ ਨੇ, ਜਿਹੜੇ ਮਤਲਬ ਸਰਦਾਰ ਪਿੰਡਾਂ ਦੇ ਆਲੇ ਦੁਆਲੇ ਜਿਹੜੇ ਇਹ ਸਕੂਲੇ ਆਉਂਦੇ ਰਹੇ ਨੇ, ਇੱਥੇ ਆਉਣ ਕੇ ਪੜ੍ਹਦੇ ਰਹੇ ਨੇ ਉਹ। ਸਹੀ ਹੈ ਸਹੀ ਹੈ, ਠੀਕ ਹੈ। ਨੰਗਲੀ ਦੁਆਬਾ ਫਸੀਪੁਰ ਚੰਗਵਾਲੀ ਤਖੀਆ
सारे सरदार इस पिंड दुआ अपने मतलब कोलों करया करो। अल्लाह पाक इन्हां नूं तंदुरुस्ती दे और सेहत दे। अल्लाह हाफिज़।